ਸੱਸ ਦੇ ਪੱਟ 'ਚ ਗੋਲੀ ਮਾਰਨ ਵਾਲੇ ਖੇੜੀ ਵਾਲੇ ਬਾਬੇ ਖਿਲਾਫ਼ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਪਰਚਾ ਦਰਜ। ਅਕਸਰ ਵਿਵਾਦਾਂ ਵਿੱਚ ਘਿਰੇ ਰਹਿਣ ਵਾਲੇ ਬਾਬਾ ਗੁਰਵਿੰਦਰ ਸਿੰਘ ਖੇੜੀਵਾਲ ਦਾ ਫਤਿਹਗੜ੍ਹ ਸਾਹਿਬ ਵਿੱਚ ਬੀਤੇ ਦਿਨੀ ਆਪਣੇ ਸਹੁਰੇ ਪਰਿਵਾਰ ਨਾਲ ਝਗੜਾ ਹੋਇਆ ਸੀ। ਦੋਵਾਂ ਧਿਰਾਂ ਵਿਚਾਲੇ ਖੂਨੀ ਝੜਪ ਹੋਈ ਸੀ। ਦੋਵਾਂ ਧਿਰਾਂ ਦੇ ਅਤੀ ਦਰਜਨ ਲੋਕ ਜ਼ਖਮੀ ਹੋਏ ਸਨ, ਜਿਨ੍ਹਾਂ ਨੂੰ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਦੋਵਾਂ ਧਿਰਾਂ ਇੱਕ ਦੂਜੇ 'ਤੇ ਗੋਲੀਬਾਰੀ ਦੇ ਦੋਸ਼ ਲਗਾਏ ਸਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਹਮਲੇ ਵਿੱਚ ਬਾਬਾ ਗੁਰਵਿੰਦਰ ਸਿੰਘ ਖੇੜੀਵਾਲਾ ਤੋਂ ਇਲਾਵਾ ਪ੍ਰਭਦੀਪ ਸਿੰਘ, ਬਾਬੇ ਦੀ ਸੱਸ ਗੁਰਜੀਤ ਕੌਰ ਅਤੇ ਹਰਮਨਜੋਤ ਸਿੰਘ ਜ਼ਖਮੀ ਹੋਏ ਸਨ। ਬੀਤੇ ਦਿਨੀ ਬਾਬਾ ਗੁਰਵਿੰਦਰ ਸਿੰਘ ਖੇੜੀਵਾਲਾ ਅਤੇ ਉਸਦੇ ਸਹੁਰਾ ਪਰਿਵਾਰ ਦਰਮਿਆਨ ਜੋ ਝਗੜਾ ਅਤੇ ਗੋਲਾਬਾਰੀ ਦਾ ਮਾਮਲਾ ਸਾਹਮਣੇ ਆਇਆ ਸੀ, ਉਸ ਨੂੰ ਲੈ ਕੇ ਫਤਿਹਗੜ੍ਹ ਸਾਹਿਬ ਪੁਲਿਸ ਨੇ ਗੁਰਵਿੰਦਰ ਸਿੰਘ, ਬਾਬਾ ਖੇੜੀਵਾਲਾ ਅਤੇ ਪ੍ਰਭਦੀਪ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਤੂੰ ਮੇਰੇ ਗੋਲੀ ਮਰਵਾਤੀ ਮੰਮੀ, ਤੈਂ ਮੇਰੇ ਗੋਲੀ ਮਰਵਾਤੀ ਅੱਜ, ਤੈਂ ਮੇਰੇ ਗੋਲੀ ਮਰਵਾਤੀ। ਉਹ ਲੋਕੋ, ਉਹ ਮੈਂ ਖੇੜੀ ਵਾਲੇ ਨੂੰ ਧੀ ਦੇ ਕੇ ਪਛਤਾ ਰਹੀ ਹਾਂ। ਲੋਕੋ, ਉਹ ਮੈਂ ਖੇੜੀ ਵਾਲੇ ਨੂੰ ਧੀ ਦੇ ਕੇ ਪਛਤਾ ਰਹੀ ਹਾਂ। ਮੈਂ ਖੇੜੀ ਵਾਲੇ ਨੂੰ ਧੀ ਦੇ ਕੇ ਪਛਤਾ ਰਹੀ ਹਾਂ। ਗੋਲੀਆਂ ਮਾਰ ਗਿਆ ਸਾਡੇ ਘਰ ਆ ਕੇ। ਸਾਡੇ ਤਕਰੀਬਨ ਇੱਥੇ 3:30-4 ਵਜੇ ਮਾਤਾ ਗੁਜਰੀ ਕੋਲੋਨੀ ਹੈ ਫਤਿਹਗੜ੍ਹ ਸਾਹਿਬ ਥਾਣੇ ਦੇ ਏਰੀਆ 'ਚ, ਉੱਥੇ ਇੱਕ ਗੁਰਜੀਤ ਕੌਰ ਉਹਨਾਂ ਦਾ ਘਰ ਹੈਗਾ। ਉਹਨਾਂ ਦੀ ਬੇਟੀ ਦਾ ਹਸਬੈਂਡ, ਉਹਨਾਂ ਦੇ ਹਸਬੈਂਡ ਨਾਲ ਜਿਵੇਂ ਗੁਰਵਿੰਦਰ ਸਿੰਘ ਹੋਣੀ ਨੇ ਖੇੜੀ ਜੱਟਾਂ ਦੇ ਸੰਗਰੂਰ ਤੋਂ, ਉਹਨਾਂ ਨਾਲ ਮੈਟਰੀਮੋਨੀਅਲ ਡਿਸਪਿਊਟ ਚੱਲਦਾ ਸੀ। ਅਤੇ ਕੱਲ੍ਹ ਪੂਰੀ ਗੱਲ ਤਾਂ ਸਾਨੂੰ ਹਾਲੇ ਕਲੀਅਰ ਨਹੀਂ ਹੈ। ਕੱਲ੍ਹ ਉਹ ਕੁਛ ਉਹਨਾਂ ਦੀਆਂ ਆਪਸ 'ਚ ਗੱਲਾਂ ਬਾਤਾਂ, ਕੋਈ ਟੋਕਸ ਕਰਨ ਲਈ ਬੇਟੀ ਨੂੰ ਵਾਪਸ ਲੈਣ ਦੀ ਉਹ ਗੱਲ ਸੀ। ਇਨ ਦਾ ਮੇਨ ਟਾਈਮ ਉਹਨਾਂ ਦੀ ਉੱਥੇ ਲੜਾਈ ਹੋ ਗਈ ਆਪਸ 'ਚ, ਕੋਈ ਕਹਾ ਸੁਣੀ ਹੋ ਗਈ। ਅਤੇ ਉੱਥੇ ਇੱਕ ਫਾਇਰ ਵੀ ਹੋਇਆ, ਜਿਵੇਂ ਕਿਹਾ ਜਾ ਰਿਹਾ ਕਿ ਗੁਰਵਿੰਦਰ ਸਿੰਘ ਉਹਨਾਂ ਨੇ ਆਪਣੀ ਸੱਸ ਜਿਹੜੀ ਗੁਰਜੀਤ ਕੌਰ ਨੇ ਉਹਨਾਂ ਦੇ ਉਹਨਾਂ ਨੇ ਗੋਲੀ ਮਾਰੀ ਜਿਹੜੀ ਉਹਨਾਂ ਦੇ ਪੱਟ 'ਚ ਲੱਗੀ ਹੈ। ਅਤੇ ਉਸ ਤੋਂ ਬਾਅਦ ਇਹ ਦੋਨੇ ਪਾਰਟੀਜ਼ ਉੱਥੋਂ ਸਿਵਲ ਹੋਸਪਿਟਲ ਗਈਆਂ ਦਾਖਲ ਹੋਣ ਲਈ। ਸਿਵਲ ਹੋਸਪਿਟਲ ਫਿਰ ਇਹਨਾਂ ਦੀ ਲੜਾਈ, ਜਦੋਂ ਇੱਥੇ ਪਹੁੰਚੀਆਂ ਤੋਂ ਦੋਨੇ ਪਾਰਟੀਜ਼ ਇਕੱਠੀਆਂ ਪਹੁੰਚੀਆਂ, ਬਾਹਰ ਇਹਨਾਂ ਦੀ ਆਪਸ 'ਚ ਫਿਰ ਲੜਾਈ ਹੋਈ। ਕੱਲ੍ਹ ਰਾਤ ਨੂੰ ਅਸੀਂ ਗੁਰਜੀਤ ਕੌਰ ਉਹਨਾਂ ਦੀ ਸਟੇਟਮੈਂਟ ਲਈ ਸੀ। ਸਟੇਟਮੈਂਟ ਲੈਣ ਤੋਂ ਬਾਅਦ 95 ਨੰਬਰ FIR ਦਿੱਤੀ ਹੈ ਅਸੀਂ 13-8-24, 109, 333, 191, 190 BMSS, 25-27 ARMS Act. ਗੁਰਵਿੰਦਰ ਸਿੰਘ ਉਹਨਾਂ ਦੇ ਅਤੇ ਇੱਕ ਇਹਨਾਂ ਦੇ ਕਜ਼ਨ ਸੀਗੇ ਇਹਨਾਂ ਦੇ ਨਾਲ ਪ੍ਰਭਦੀਪ ਸਿੰਘ, ਉਹਨਾਂ 'ਤੇ ਗੱਲ ਅਸੀਂ FIR।